ਭਾਰਤ ਦੇ 75 ਸਾਲ ਪੂਰੇ ਹੋਣ ਤੇ ਜੀ ਗਵਰਨਮੈਂਟ ਆਫ ਇੰਡੀਆ ਨੇ ਇੱਕ ਕੰਪੀਟੀਸ਼ਨ ਕਰਵਾਇਆ ਸੀ ਜਿਹਦੇ ਵਿੱਚ ਅਸੀਂ ਲੋਰੀ ਲਿਖ ਕੇ ਭੇਜਣੀ ਸੀ ਅਤੇ ਮੈਨੂੰ ਲਿਖਣ ਦਾ ਸ਼ੌਂਕ ਆ, ਮੈਂ ਬੱਚਿਆਂ ਲਈ ਗੀਤ ਲਿਖਦਾ ਅਤੇ ਮੈਂ ਵੀ ਆਪਣੇ ਵੱਲੋਂ ਲੋਰੀ ਲਿਖ ਕੇ ਭੇਜੀ ਅਤੇ ਜਦੋਂ ਮੈਨੂੰ ਦਿੱਲੀ ਵੱਲੋਂ ਕਾਲ ਆਈ ਕਿ ਤੁਹਾਡੀ ਲੋਰੀ ਆ ਜਿਹੜੀ ਉਹ ਜ਼ਿਲ੍ਹੇ ਪੱਧਰ 'ਤੇ ਸਿਲੈਕਟ ਹੋ ਗਈ ਆ ਅਤੇ ਤੁਸੀਂ ਆਪਣਾ ਜਿਹੜਾ ਅਕਾਊਂਟ ਨੰਬਰ ਆ ਉਹ ਭਰ ਦਿੱਤਾ, ਮੈਂ ਕਿਹਾ ਜੀ ਭਰਤਾ, ਉਹ ਤੋਂ ਬਾਅਦ ਕਹਿੰਦੇ ਜੀ ਤੁਸੀਂ ਅਕਾਊਂਟ ਨੰਬਰ ਨਹੀਂ ਭਰਿਆ, ਮੈਂ ਕਿਹਾ ਜੀ ਭਰਤਾ, ਕਹਿੰਦੇ ਨਹੀਂ ਤੁਸੀਂ ਜ਼ਿਲ੍ਹੇ ਪੱਧਰ 'ਤੇ ਤਾਂ ਭਰਤਾ, ਸਟੇਟ ਪੱਧਰ 'ਤੇ ਭਰਤਾ, ਫਿਰ ਮੈਨੂੰ ਸੁਣ ਕੇ ਮੈਂ ਕਿਹਾ ਸਟੇਟ ਪੱਧਰ 'ਤੇ ਵੀ ਆ ਗਿਆ, ਕਹਿੰਦੇ ਹਾਂਜੀ, ਫਿਰ ਉਸ ਤੋਂ ਮੈਨੂੰ ਉਦੋਂ ਮੈਨੂੰ ਪਤਾ ਲੱਗਿਆ ਕਿ ਮੈਨੂੰ 1.25 ਲੱਖ ਦਾ ਮੇਰੀ ਉਸ ਲੋਰੀ ਨੂੰ ਇਨਾਮ ਮਿਲਿਆ। ਅਨਮੋਲ ਵਤਨ ਦੀ ਮਿੱਟੀ ਏ ਜੀ ਨੇ ਗੁੜਤੀ ਸਾਨੂੰ ਦਿੱਤੀ ਏ, ਇੱਕ ਲੋਰੀ ਹੁੰਦੀ ਸਵਾਉਣ ਲਈ ਏ, ਲੋਰੀ ਤੈਨੂੰ ਜਗਾਉਣ ਲਈ, ਇੱਕ ਲੋਰੀ ਤੇਰੀ ਅੰਮੀ ਨੂੰ ਜੀ ਨੇ ਭਾਗਾਂ ਵਾਲੀ ਜੰਮੀ, ਤੂੰ ਜੀ ਨੇ ਭਾਗਾਂ ਵਾਲੀ ਜੰਮੀ। ਤੂੰ ਗੱਲ ਕਰਾਂਗੇ ਤੁਹਾਡੇ ਪੜ੍ਹਾਉਣ ਦੇ ਤਰੀਕੇ ਦੀ, ਕਿਉਂਕਿ ਉਹ ਵੀ ਬਹੁਤ ਫੇਮਸ ਹੈ, ਦਰਸ਼ਕਾਂ ਨੂੰ ਦੱਸਦੀ ਕਿ ਆਪਣੇ ਪੜ੍ਹਾਉਣ ਦੇ ਤਰੀਕਿਆਂ ਨੂੰ ਲੈ ਕੇ ਇਹਨਾਂ ਨੂੰ ਸੂਬਾ ਪੱਧਰ ਤੇ ਸਟੇਟ ਲੈਵਲ ਨੈਸ਼ਨਲ ਲੈਵਲ ਅਵਾਰਡ ਵੀ ਮਿਲ ਚੁੱਕੇ ਨੇ। ਉਸ ਪ੍ਰੋਜੈਕਟ ਨੂੰ ਅਮੈਰੀਕਨ ਇੰਡੀਆ ਫਾਊਂਡੇਸ਼ਨ ਟਰੱਸਟ ਵੱਲੋਂ ਪਹਿਲਾ ਇਨਾਮ ਮਿਲ ਚੁੱਕਿਆ ਜੀ ਉਸਨੂੰ, ਅਤੇ ਪੂਰੇ ਇੰਡੀਆ ਦੇ ਵਿੱਚੋਂ ਪਹਿਲਾ ਇਨਾਮ ਉਸਨੂੰ ਮਿਲਿਆ ਸੀ ਵੀ ਨਵੀਂ ਤਕਨੀਕ ਨਾਲ ਜੋੜ ਕੇ ਬੱਚਿਆਂ ਨੂੰ ਕਿਵੇਂ ਪੜ੍ਹਾਉਣਾ। ਉਹ ਕਈ ਊੜਾ 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 ਊੜਾ, ਮਾਂ ਬੋਲੀ ਪੰਜਾਬੀ ਦੇ ਨਾਲ ਰਿਸ਼ਤਾ ਸਾਡਾ ਊੜਾ, ਊੜਾ ਉਂਗਲ ਊੜਾ ਊਟ ਊੜਾ ਹੁੱਲੂ ਊੜਾ ਊਟ, ਊੜਾ ਊੜਾ ਊੜਾ, ਮਾਂ ਬੋਲੀ ਪੰਜਾਬੀ ਦੇ ਨਾਲ ਰਿਸ਼ਤਾ ਸਾਡਾ ਊੜਾ। ਅਤੇ ਅਜੇ ਵੀ ਇਹਦੇ ਵਿੱਚ ਅਸੀਂ ਪੂਰੇ 41 ਅੱਖਰਾਂ ਦੀ ਵੀਡੀਓ ਬਣਾਇਆ, ਪੂਰੇ 41 ਅੱਖਰ ਮੈਂ ਇਕੱਲਾ ਨਹੀਂ ਗਾਉਂਦਾ, ਮੇਰੇ ਨਾਲ ਮੇਰੇ ਸਕੂਲ ਦੇ ਸਾਰੇ ਬੱਚੇ ਰਲ ਕੇ ਗਾਉਂਦੇ ਆ। ਕਈ ਵਾਰ ਅਸੀਂ ਕਹਿ ਦਿੰਦੇ ਹਾਂ ਗੰਗਾ ਖਾਲੀ, ਅਸੀਂ ਕੋਈ ਵੀ ਖਾਲੀ ਅੱਖਰ ਨਹੀਂ ਛੱਡਿਆ, ਪੂਰੀ ਵੀਡੀਓ ਦੇਖਣ ਲਈ ਤਾਂ ਯੂਟਿਊਬ 'ਤੇ ਆਉਣਾ ਪਊਗਾ ਤੁਹਾਨੂੰ। ਦੱਸ ਦਈਏ ਕਿ ਯੂਟਿਊਬ 'ਤੇ ਘੱਟੋ ਘੱਟ ਤੁਹਾਡੇ 560 ਗਾਣੇ ਮੌਜੂਦ ਹੈ। ਹਾਂਜੀ ਬਿਲਕੁਲ ਜੀ ਬਿਲਕੁਲ, ਅਤੇ ਕਈ ਲੱਖ ਇਹਨਾਂ ਸਾਰੇ ਗੀਤਾਂ ਦੇ ਵਿਊ ਨੇ, ਬਹੁਤ ਕਈ ਲੱਖ 'ਤੇ ਲੋਕਾਂ ਨੇ ਇਹਨਾਂ ਨੂੰ ਸੁਣਿਆ। ਤੇ ਬੱਚੇ ਭੁੱਲ ਗੁਲਾਬ ਜਹੇ ਤੇ ਸਾਂਭਣ ਯੋਗ ਕਿਤਾਬ ਜਹੇ, ਸੁਰਤਾਲ ਚ ਵੱਜਦੇ ਰਾਤ ਹੈ ਸੁਰਤਾਲ ਚ ਵੱਜਦੇ ਰਾਤ ਹੈ, ਜਦ ਸਾਹ ਨਾਲ ਪੜ੍ਹਦੇ ਨੇ ਉਹ, ਜਦ ਪੈਨਸਲ ਪੜ੍ਹਦੇ ਨੇ ਉਹ ਘਰਾਂ ਤੋਂ ਚਲੇ ਜਾਂਦੇ ਨੇ ਬੱਚੇ, ਅਤੇ ਜਦੋਂ ਮੈਂ ਸਾਡੇ ਪਿੰਡ ਦੇ ਵਿੱਚ ਲਟਕਦੇ ਹੋਏ ਜਿੰਦੇ ਦੇਖਦਾ, ਉਸ ਵੇਲੇ ਮੇਰੇ ਮਨ 'ਚ ਗੀਤ ਆਇਆ ਸੀ, ਮੈਂ ਉਹ ਮਨ ਦੀਆਂ ਭਾਵਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਜੀ। ਕੇ ਘਰਾਂ ਨੂੰ ਜਿੰਦੇ ਕਿੱਥੇ ਨੂੰ ਤਰ ਪਏ ਬੰਦੇ, ਲਾ ਕੇ ਘਰਾਂ ਨੂੰ ਜਿੰਦੇ ਕਿੱਥੇ ਨੂੰ ਤੁਰ ਪਏ ਬੰਦੇ, ਲੱਭ ਦੇ ਕੇ ਰਾਹੇ ਕਮਰੇ ਲੱਭ ਦੇ ਕੇ ਰਾਹੇ ਕਮਰੇ, ਸੀ ਘਰ ਜਿਨ੍ਹਾਂ ਦੇ ਹੁੰਦੇ ਲਾ ਕੇ ਘਰਾਂ ਨੂੰ ਜਿੰਦੇ ਕਿੱਥੇ ਨੂੰ ਤੁਰ ਪਏ ਬੰਦੇ। ਮੇਰਾ ਜਨਮ ਪਿੰਡ ਲਲਤੋਂ ਕਲਾਂ 'ਚ ਹੋਇਆ, ਪਿੰਡ ਲਲਤੋਂ ਕਲਾਂ ਦੀ ਉਹ ਧਰਤੀ ਹੈ ਜਿੱਥੇ ਗਦਰੀ ਬਾਬਾ ਗੁਰਮੁਖ ਸਿੰਘ ਲਲਤੋਂ, ਜਿੱਥੇ ਹਰੀ ਸਿੰਘ ਦਿਲਵਰ ਜਿਨ੍ਹਾਂ ਨੇ 31 ਕਿਤਾਬਾਂ ਲਿਖੀਆਂ, ਅਤੇ ਜਿਹੜਾ ਬਹੁਤ ਇਤਿਹਾਸਿਕ ਪਿੰਡ ਆ, ਅਤੇ ਸਾਨੂੰ ਬਚਪਨ ਤੋਂ ਜਿਵੇਂ ਗੁਰਦੁਆਰਾ ਸਾਹਿਬ ਵਿੱਚ ਪ੍ਰਭਾਤ ਫੇਰੀਆਂ ਹੁੰਦੀਆਂ ਨੇ, ਉੱਥੇ ਸ਼ਬਦ ਗਾਉਣ ਦਾ ਸਾਨੂੰ ਸ਼ੌਂਕ ਸੀ ਬਚਪਨ ਤੋਂ, ਅਤੇ ਉੱਥੇ ਸਾਡੀ ਲਾਇਬ੍ਰੇਰੀ ਸੀ। ਮੈਨੂੰ ਲੱਗਦਾ ਹੁੰਦਾ ਵੀ ਕੁਛ ਇੱਦਾਂ ਦੀਆਂ ਸ਼ਖਸੀਅਤਾਂ, ਜਿਵੇਂ ਹਰੀ ਸਿੰਘ ਦਿਲਵਰ ਦੀ ਗੱਲ ਕੀਤੀ ਆ, ਮੈਂ ਇਸੇ ਤਰ੍ਹਾਂ ਹੀ ਨਾਲ ਨਾਲ ਉਹ ਲਾਇਬ੍ਰੇਰੀ ਅਤੇ ਉਹ ਲੋਕ, ਉਹ ਸਾਰੇ ਮਾਹੌਲ ਨੇ ਮੈਨੂੰ ਮਤਲਬ ਕਿਤਾਬਾਂ ਨਾਲ ਜੋੜਿਆ, ਅਤੇ ਕਿਤਾਬਾਂ ਤੋਂ ਬਾਅਦ ਜਿਵੇਂ ਮੈਨੂੰ ਗਾਉਣ ਦਾ ਸ਼ੌਂਕ ਸੀ, ਉਸ ਤੋਂ ਬਾਅਦ ਜਦੋਂ ਮੈਂ ਸਕੂਲ ਆਇਆ ਤਾਂ ਮੈਨੂੰ ਲੱਗਿਆ ਬਈ ਬੱਚੇ ਨੂੰ ਸਭ ਤੋਂ ਵਧੀਆ ਮਾਧਿਅਮ ਗਾ ਕੇ ਪੜ੍ਹਾਉਣਾ, ਅਤੇ ਬਸ ਇਸੇ ਤਰ੍ਹਾਂ ਹੀ ਮੇਰਾ ਸਫ਼ਰ ਸ਼ੁਰੂ ਹੋਇਆ, ਅਤੇ ਬਸ ਇਸੇ ਤਰ੍ਹਾਂ ਹੀ ਲਗਾਤਾਰ ਇਹ ਸਫ਼ਰ ਜਾਰੀ ਹੈ ਜੀ। ਪਰਿੰਦੇ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਤਮੰਨਾ ਬੇਦੀ। ਅੱਜ ਤੁਹਾਨੂੰ ਇੱਕ ਅਜਿਹੇ ਸ਼ਖਸ ਦੇ ਅਸੀਂ ਰੂਬਰੂ ਕਰਾਉਣ ਜਾ ਰਹੇ ਹਾਂ ਜਿਨ੍ਹਾਂ ਦੇ ਪੜ੍ਹਾਉਣ ਦਾ ਢੰਗ ਹੀ ਬੜਾ ਨਵੇਕਲਾ ਹੈ। ਜੀ ਹਾਂ, ਇਹ ਲਿਖਦੇ ਵੀ ਨੇ, ਗਾਉਂਦੇ ਵੀ ਨੇ, ਅਤੇ ਬੱਚਿਆਂ ਨੂੰ ਜਦੋਂ ਪੜ੍ਹਾਉਂਦੇ ਨੇ ਤਾਂ ਅਜਿਹਾ ਪੜ੍ਹਾਉਂਦੇ ਨੇ ਕਿ ਇੱਕ ਵਾਰ ਬੱਚਾ ਸਿੱਖ ਜਾਵੇ ਤਾਂ ਜ਼ਿੰਦਗੀ ਭਰ ਭੁੱਲ ਨਹੀਂ ਸਕਦਾ।
नाम है इन्हों का करमजीत सिंह करेवाल, पंजाब तो ने, ते पंजाब का नाम इन्हों ने सूबे पर ही नहीं बल्कि नैशनल लैवल ते नाम रोशन कर दिता। सुनहरे अक्षरों के लिखा गया, दस दिए कि 5.5 लाख के करीब लोग जड़े ने वो एक नैशनल लैवल कॉम्पीटिशन पार्टीसिपेट करते हैं, जिन्हों के करमजीत सिंह करेवाल पंजाब भर के सूबे भर के पहला स्थान हासिल करके अपनी जित सुनिश्चित करते हैं। साढ़े मौजूद ने, गलबात करते हैं। सर बहुत स्वागत है। बहुत बहुत धन्यवाद जी। सारे ही दर्शकों को प्यार भरी सत श्री अकाल, ते परिंदे चैनल दा जिन्हां ने अज मैनूं तुहाडे रूबरू कीता, बहुत बहुत धन्यवाद जी। सब तो पहला तो तुहानूं बहुत बहुत मुबारक। 5.5 लाख लोगों को पछाड़ गए, तुसीं अपनी वक्री पछाण बनाई है। वो लोहरी बारे सानूं पहला, सब तो पहला दर्शकों नूं लोहरी जरूर सुना दो जिन्हां ने तुहानूं इह जित दवाई है। भारत के 75 साल पूरे होने ते जी गवर्नमेंट ऑफ इंडिया ने एक कंपीटीशन करवाया सी, जिहदे विच असीं लोहरी लिख के भेजनी सी। तो मैनू लिखण दा शौक आ, मैं बच्चों लई गीत लिखदा, तो मैं भी अपने वल्लों लोहरी लिख के भेजी। तो जदों मैनू दिल्ली वल्लों कॉल आई कि तुहाडी लोहरी आ जिहड़ी उह जिले पद्धर ते सिलेक्ट हो गई आ, तो तुसीं अपना जिहड़ा अकाउंट नंबर आ उह भर दित्ता। मैं कहा जी भरता, उस तों बाद कहिंदे जी तुसीं अकाउंट नंबर नहीं भरिया। मैं कहा जी भरता, कहिंदे नहीं नहीं तुसीं जिले पद्धर ते तां भरता, स्टेट पद्धर ते भरता। फिर मैनू सुण के मैं कहा स्टेट पद्धर ते वी आ गया, कहिंदे हाँ जी। फिर उस तों मैनू उदों मैनू पता लग्गिया कि मैनू 1.25 लाख दा मेरी उस लोहरी नूं इनाम मिलिया, ते वधिया लग्गिया जी। अनमोल वतन दी मिट्टी है जी ने गुड़ती सानू दिती है, एक लोरी हुंदी सवाउण लई है, लोरी तैनू जगाउण लई, एक लोरी तेरी अम्मी नू जी ने पागां वाली जम्मी, तू जी ने पागां वाली जम्मी, तू एक लोरियो नौजवाना ले गए वार देश तो जाना वही, गए वार देश तो जाना वही, एक लोरी साफ हवावां दी शुद्ध पानी ठंडिया छावां दी, शुद्ध पानी ठंडिया छावां दी, एक लोरी ओ ना लोकां लई कम कर दे उच्चिया सोचां लई, कम कर दे उच्चिया सोचां लई, रोटी लई दूर जा वसियानू, रोटी लई दूर जा वसियानू, एक लोरी ओना बच्चियानू, एक लोरी ओना बच्चियानू, एक लोरी ओना बच्चियानू। बहुत खूब, एक लोरी सलाह दे, एक लोरी जगान दे ले। बिल्कुल गल करांगे तुहाडे पढ़ाने दे तरीके दी, क्योंकि वह भी बहुत फेमस है। दर्शकों दस दिए कि अपने पढ़ाने तरीकों को लैके इन्हों सूबा पद्धर से स्टेट लैवल नैशनल लैवल अवार्ड भी मिल चुके हैं। सो तुसीं सोच रहे होवोगे पढ़ाने का तरीका की है, तो दस दिए बिल्कुल जो बच्चे ऊड़ा ऐड़ा तो लैके जो भी होर सिक्ख्या है, ज्ञान है, वो जरा दिता जाता है, बिल्कुल गा के दिता जाता है। तुहानू दिखाने किस तरह ऊड़ा ऐड़ा बड़ा फेमस है तुहाडा, मैं देखिया काफ़ी वीडियोज़ उस दसो। हाँ जी, उस प्रोजेक्ट नूं अमेरिकन इंडिया फाउंडेशन ट्रस्ट वालों पहला इनाम मिल चुका जी उसनों, ते पूरे इंडिया दे विचों पहला इनाम उसनों मिलिया सी भी नवीं तकनीक नाल जोड़ के बच्चों नूं किवें पढ़ाउणा। वो कई साल हो गए उस इनाम मिले नूं, वो असीं इस तरह बच्चों के नाल रल के, क्योंकि मैं प्रायमरी स्कूल दे विच भी पढ़ाया, इस तरह असीं बच्चों नूं पढ़ाउंदे हुंदे सी। ऊड़ा 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 मां बोली पंजाबी दे नाल रिश्ता साडा गूड़ा, ऊड़ा उंगल ऊड़ा हूठ ऊड़ा हुल्लू ऊड़ा हूठ, ऊड़ा 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 मां बोली पंजाबी दे नाल रिश्ता साडा गूड़ा, हाड़ाड़ाड़ा हाड़ाड़ाड़ा मां बोली पंजाबी सिखिए ओही खास दिहाड़ा, आड़ा अंब आड़ा अनार आड़ा अख आड़ा अचार, आड़ाड़ाड़ा मां बोली पंजाबी सिखिए ओही खास दिहाड़ा। ये गीत की खासियत यह है जी भी ये असी पूरे 41 अक्षर की वीडियो बनाया, पूरे 41 अक्षर मैं कल्ला नहीं गाँदा, मेरे नाल मेरे स्कूल दे सारे बच्चे रल के गाँदे आ।
कई बार असं कह दें गंगा खाली असी कोई भी खाली अखर नहीं छड़िया पूरी वीडियो देखने लिए तो यूट्यूब पर आना पेगा तुहानू दस दी कि यूट्यूब पर घट्टो घट्ट 560 गाने मौजूद है। हाँ जी बिल्कुल जी बिल्कुल, तो कई लख इन सारे गीतों के व्यू ने बहुत कई लख तो लोगों ने इन्हों सुनिया ये सारे वो विषय जिहड़े असीं बच्चे नूं बोल के समझाउणा चाहुंदे आ अपने भाषण राहीं समझाउणा चाहुंदे आ, ते मेरी कोशिश हुंदी आ कि जिहड़ी गल गीत नाल बच्चे नूं सिखाई जा सकदी आ वी इहदे तों वधिया माध्यम होर कोई नहीं, चाहे वह साडा सिख इतिहास आ, चाहे पंजाब दा इतिहास आ, चाहे भारत दा इतिहास आ, ते चाहे अज दे समें दीआं जो स्थितियां नाल संबंधित गीत ने, चाहे वह ट्रैफिक की गल करिए, चाहे असीं वातावरण की, चाहे बच्चों पढ़ाने की, मेरा ख्याल भी असी कोई विषय नहीं छड़िया इस तो बिना जिहड़ी साडी सिक्ख्या नाल संबंधित साडियां पाठ पुस्तकां दे विच पाठ ने उन्हां नूं भी मैं सारिआं नूं 8वीं तक के जिन्ने गीत ने सारे बच्चों के नाल गा के सांझे कीते जी। इन्ने सारे गीतों के विचों जे पुछी जावे तुहाडे दिल के करीब किहड़ा है उस दीआं दो लाइनां हो जाए। मैं ना एक गीत जिहड़ा अज दे समें साडे बच्चे बाहर जा रहे आ मतलब उहदे बारे मेरे मन की एक भावना वह गीत तुहाडे नाल सांझा करना चाहुंदा। सुणिया दिंदा पहलां उह गीत तुहाडा उह गीत मतलब जदों घरां तों चले जांदे ने बच्चे ते जदों मैं साडे पिंड दे विच लटकदे हुए जिंदे देखदा उस वेले मेरे मन च गीत आया सी, मैं उह मन दीआं भावनावां तुहाडे नाल सांझीआं करना चाहुंदा। ला के घरां नूं जिंदे ਕਿੱਥੇ ਨੂੰ ਤੁਰ ਪਏ ਬੰਦੇ, ਲਾ ਕੇ ਘਰਾਂ ਨੂੰ ਜਿੰਦੇ ਕਿੱਥੇ ਨੂੰ ਤੁਰ ਪਏ ਬੰਦੇ, ਲੱਭਦੇ ਕੇ ਰਾਹੇ ਕਮਰੇ, ਲੱਭਦੇ ਕੇ ਰਾਹੇ ਕਮਰੇ, ਸੀ ਘਰ ਜਿਨ੍ਹਾਂ ਦੇ ਹੁੰਦੇ, ਲਾ ਕੇ ਘਰਾਂ ਨੂੰ ਜਿੰਦੇ ਤੈਨੂੰ ਤੁਰ ਪਏ ਬੰਦੇ, ਕੀ ਡਿਗਰੀਆਂ ਦਾ ਕਰਨਾ, ਕੀ ਡਿਗਰੀਆਂ ਦਾ ਕਰਨਾ, ਜੇਕਰ ਮਿਲੇ ਨਾ ਤੰਦੇ, ਲਾ ਕੇ ਘਰਾਂ ਨੂੰ ਜਿੰਦੇ ਕਿੱਥੇ ਨੂੰ ਤੁਰ ਪਏ ਬੰਦੇ, ਵਾਰਿਸ ਗਏ ਨੇ ਕਿੱਥੇ, ਵਾਰਿਸ ਗਏ ਨੇ ਕਿੱਥੇ, ਪਰੇਸ਼ਾਨ ਨੇ ਪਰਿੰਦੇ, ਲਾ ਕੇ ਘਰਾਂ ਨੂੰ ਜਿੰਦੇ ਕਿੱਥੇ ਨੂੰ ਤੁਰ ਪਏ ਬੰਦੇ, ਰਹਿ ਗਏ ਇਕੱਲੇ ਮਾਪੇ, ਰਹਿ ਗਏ ਇਕੱਲੇ ਮਾਪੇ, ਬੜੇ ਹਾਲ ਹੋ ਗਏ ਮੰਦੇ, ਲਾ ਕੇ ਘਰਾਂ ਨੂੰ ਜਿੰਦੇ ਮਜਬੂਰੀਆਂ ਦੀ ਯਾਰੀ, ਮਜਬੂਰੀਆਂ ਦੀ ਯਾਰੀ, ਤਿੱਖੇ ਬੜੇ ਨੇ ਦੰਦੇ, ਤਿੱਖੇ ਬੜੇ ਨੇ ਦੰਦੇ, ਲਾ ਕੇ ਘਰਾਂ ਨੂੰ ਜਿੰਦੇ ਕਿੱਥੇ ਨੂੰ ਤੁਰ ਪਏ ਬੰਦੇ। ਖੂਬ ਬਹੁਤ ਖੂਬ ਪੁੱਛਣਾ ਚਾਹਾਂਗੇ ਜਿਸ ਤਰ੍ਹਾਂ ਤੁਹਾਡਾ ਇਹ ਲਿਟਰੇਚਰ ਦੇ ਪ੍ਰਤੀ ਪਿਆਰ ਹੈ, ਇਹ ਕਦੋਂ ਇਹ ਤੁਹਾਨੂੰ ਖਿਆਲ ਆਇਆ ਕਿ ਇੱਦਾਂ ਮੈਂ ਲਿਖ ਸਕਦਾ ਹੈ, ਗਾ ਸਕਦਾ ਹੈ ਅਤੇ ਸਮਾਜ ਦੇ ਵਿੱਚ ਵੀ ਅੱਗੇ ਇਹਦਾ ਸੁਣਿਆ ਇੱਕ ਦੇ ਸਕਦਾ ਗੀਤਾਂ ਦੇ ਰਾਹੀਂ? ਦੇਖੋ ਜੀ, ਮੇਰਾ ਜਨਮ ਪਿੰਡ ਲਲਤੋਂ ਕਲਾਂ 'ਚ ਹੋਇਆ, ਪਿੰਡ ਲਲਤੋਂ ਕਲਾਂ ਦੀ ਉਹ ਧਰਤੀ ਹੈ ਜਿੱਥੇ ਗਦਰੀ ਬਾਬਾ ਗੁਰਮੁਖ ਸਿੰਘ ਲਲਤੋਂ, ਜਿੱਥੇ ਹਰੀ ਸਿੰਘ ਦਿਲਬਰ ਜਿਨ੍ਹਾਂ ਨੇ 31 ਕਿਤਾਬਾਂ ਲਿਖੀਆਂ, ਅਤੇ ਜਿਹੜਾ ਬਹੁਤ ਇਤਿਹਾਸਿਕ ਪਿੰਡ ਆ, ਅਤੇ ਸਾਨੂੰ ਬਚਪਨ ਤੋਂ ਜਿਵੇਂ ਗੁਰਦੁਆਰਾ ਸਾਹਿਬ ਵਿੱਚ ਪ੍ਰਭਾਤ ਫੇਰੀਆਂ ਹੁੰਦੀਆਂ ਨੇ, ਉੱਥੇ ਸ਼ਬਦ ਗਾਉਣ ਦਾ ਸਾਨੂੰ ਸ਼ੌਂਕ ਸੀ ਬਚਪਨ ਤੋਂ, ਅਤੇ ਉੱਥੇ ਸਾਡੀ ਲਾਇਬ੍ਰੇਰੀ ਸੀ। ਮੈਨੂੰ ਲੱਗਦਾ ਹੁੰਦਾ ਵੀ ਕੁਛ ਇੱਦਾਂ ਦੀਆਂ ਸ਼ਖਸੀਅਤਾਂ ਜਿਵੇਂ ਹਰੀ ਸਿੰਘ ਦਿਲਬਰ ਦੀ ਗੱਲ ਕੀਤੀ ਆ, ਮੈਂ ਇਸੇ ਤਰ੍ਹਾਂ ਹੀ ਨਾਲ ਨਾਲ ਉਹ ਲਾਇਬ੍ਰੇਰੀ ਅਤੇ ਉਹ ਲੋਕ, ਉਹ ਸਾਰੇ ਮਾਹੌਲ ਨੇ ਮੈਨੂੰ ਮਤਲਬ ਕਿਤਾਬਾਂ ਨਾਲ ਜੋੜਿਆ, ਅਤੇ ਕਿਤਾਬਾਂ ਤੋਂ ਬਾਅਦ ਜਿਵੇਂ ਮੈਨੂੰ ਗਾਉਣ ਦਾ ਸ਼ੌਂਕ ਸੀ, ਉਸ ਤੋਂ ਬਾਅਦ ਜਦੋਂ ਮੈਂ ਸਕੂਲ ਆਇਆ ਤਾਂ ਮੈਨੂੰ ਲੱਗਿਆ ਬਈ ਬੱਚੇ ਨੂੰ ਸਭ ਤੋਂ ਵਧੀਆ ਮਾਧਿਅਮ ਗਾ ਕੇ ਪੜ੍ਹਾਉਣਾ, ਅਤੇ ਬਸ ਇਸੇ ਤਰ੍ਹਾਂ ਹੀ ਮੇਰਾ ਸਫ਼ਰ ਸ਼ੁਰੂ ਹੋਇਆ, ਅਤੇ ਬਸ ਇਸੇ ਤਰ੍ਹਾਂ ਹੀ ਲਗਾਤਾਰ ਇਹ ਸਫ਼ਰ ਜਾਰੀ ਹੈ ਜੀ। ਅੱਜ ਵੀ ਜੋ ਸਮਾਂ ਹੈ ਕਿਤਾਬਾਂ 'ਚ ਹੀ ਜ਼ਿਆਦਾ ਬੀਤਦਾ। ਬਿਲਕੁਲ ਜੀ, ਦੇਖੋ ਕਿਤਾਬਾਂ ਜਦੋਂ ਕਿਤਾਬਾਂ ਹੋਣ ਜਿੱਥੇ, ਅਤੇ ਇੱਕ ਲਿਖਣ ਵਾਲੇ ਬੰਦੇ ਨੂੰ, ਅਤੇ ਮੇਰਾ ਖਿਆਲ ਉਹਦੇ ਲਈ ਇਹ ਤੋਂ ਵਧੀਆ ਹੋਰ ਕੋਈ ਥਾਂ ਨਹੀਂ ਹੁੰਦੀ, ਹੈ ਨਾ? ਅਤੇ ਇੱਕ ਮੈਂ ਅਧਿਆਪਕ ਹਾਂ ਅਤੇ ਨਾਲ ਇੱਕ ਲੇਖਕ ਹਾਂ, ਅਤੇ ਮੇਰਾ ਖਿਆਲ ਇੱਕ ਲੇਖਕ ਅਤੇ ਅਧਿਆਪਕ ਲਈ ਕਿਤਾਬਾਂ ਤੋਂ ਵਧੀਆ ਤਾਂ ਹੋਰ ਕੁਝ ਹੋ ਨਹੀਂ ਸਕਦਾ, ਹੈ ਨਾ? ਮੈਨੂੰ ਲੱਗਦਾ ਜਿਵੇਂ ਅਸੀਂ ਕਾਫੀ ਤੁਹਾਡੀ ਲੋਰੀ ਬਾਰੇ ਵੀ ਸੁਣਿਆ, ਤੁਹਾਡੇ ਦਿਲ ਦੇ ਕਰੀਬ ਜੋ ਗੀਤ ਹੈ ਉਹ ਵੀ ਤੁਸੀਂ ਸੁਣਾਇਆ, ਤੁਸੀਂ ਵਿਦੇਸ਼ਾਂ ਦੇ ਵਿੱਚ ਜਿਹੜੇ ਜਾਣ ਵਾਲੇ ਲੋਕ ਨੇ ਉਹਨਾਂ ਦੇ ਬਾਰੇ ਵੀ ਤੁਸੀਂ ਕੁਛ ਸੁਣਿਆ ਕੀ ਦੇਣਾ ਚਾਹੋਗੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ? ਅਗਰ ਗੀਤਾਂ ਦੇ ਰਾਹੀਂ ਕੁਛ ਮੈਂ ਕਹਾਂ ਤਾਂ ਜਾਂਦੇ ਜਾਂਦੇ ਕੋਈ ਇੱਕ ਗੀਤ ਰਾਹੀਂ ਅੱਜ ਦੀ ਪੀੜ੍ਹੀ ਨੂੰ ਕੋਈ ਸੁਣਿਆ ਕੀ ਦੇਵੋਗੇ?
देखो जी, गल तो यही है भी चाहे असी विदेश रहीए चाहे पंजाब विच रहीए, भी असी जिहड़ी अपनियां जड़ां ने साडी मां बोली पंजाबी आ, साडी मिट्टी आ, साडा जो साडा सभ्याचार आ, जो साडी विरासत आ, ते उहनू सानू हमेशा ही याद रखना चाहीदा। ते तां ही असी चाहे असी किसी भी धरती ते जाइए तां मैनूं लगदा भी उह साडी जिहड़ी विरासत आ, साडी असलियत आ, ते जे उह साडे नाल आ ਤਾਂ ਫਿਰ ਸਾਨੂੰ ਜ਼ਿੰਦਗੀ 'ਚ ਹਮੇਸ਼ਾ ਹੀ ਸਫਲਤਾ ਮਿਲਦੀ ਆ। ਅਤੇ ਅਸੀਂ ਕਦੇ ਵੀ ਜਿਵੇਂ ਅੱਜ ਦੇ ਸਮੇਂ ਸੁਣਦੇ ਹਾਂ ਵੀ ਬੱਚੇ ਨਿਰਾਸ਼ ਹੋ ਜਾਂਦੇ ਆ, ਉਦਾਸ ਹੋ ਜਾਂਦੇ ਆ, ਅਤੇ ਜੇ ਅਸੀਂ ਆਪਣੇ ਇਤਿਹਾਸ ਨਾਲ ਅਤੇ ਵਿਰਾਸਤ ਨਾਲ ਜੁੜੇ ਰਹਾਂਗੇ ਤਾਂ ਇਸ ਤਰ੍ਹਾਂ ਦੀ ਕੋਈ ਵੀ ਗੱਲ ਆ ਜਿਹੜੀ ਉਹ ਨਹੀਂ ਆਉਂਦੀ ਜੀ। ਅਤੇ ਸਾਨੂੰ ਕਿਤਾਬਾਂ ਨਾਲ ਜੁੜੇ ਰਹਿਣਾ ਚਾਹੀਦਾ, ਸਾਨੂੰ ਚੰਗੇ ਗੀਤ ਸੁਣਨੇ ਚਾਹੀਦੇ ਨੇ। ਅਤੇ ਜਦੋਂ ਤੱਕ ਚੱਲਦੇ, ਜਦੋਂ ਤੱਕ ਚੱਲਦੇ ਤੇਰੇ ਹੱਥ ਨਹੀਂ ਜਿੰਦੇ, ਨਹੀਂ ਜਿੰਦੇ ਹੋਰਾਂ ਵੱਲ ਨਾ ਤੱਕ, ਨੀ ਜਿੰਦੇ ਹੋਰਾਂ ਵੱਲ ਨਾ ਤੱਕ। ਜਦੋਂ ਤੱਕ ਚੱਲਦੇ, ਜਦੋਂ ਤੱਕ ਚੱਲਦੇ ਤੇਰੇ ਪੈਰ ਨੀ ਜਿੰਦੇ, ਨੀ ਜਿੰਦੇ ਚੱਲ ਰਤਾ ਨਾ ਠਹਿਰ, ਨੀ ਜਿੰਦੇ ਚੱਲ ਰਤਾ ਨਾ ਠਹਿਰ। ਜਦੋਂ ਤੱਕ ਚੱਲਦਾ, ਜਦੋਂ ਤੱਕ ਚੱਲਦਾ ਤੇਰਾ ਖੂਨ, ਨੀ ਜਿੰਦੇ ਨੀ ਜਿੰਦੇ ਜੀਣ ਦਾ ਰੱਖ ਜਨੂੰ, ਨੀ ਜਿੰਦੇ ਜੀਣ ਦਾ ਰੱਖ ਜਨੂੰ। ਜਦੋਂ ਤੱਕ ਚੱਲਦਾ, ਜਦੋਂ ਤੱਕ ਚੱਲਦਾ ਤੇਰਾ ਸਰੀਰ, ਨੀ ਜਿੰਦੇ ਨੀ ਜਿੰਦੇ ਚੱਲ ਵਾਂਗਰਾਂ ਤੀਰ, ਨੀ ਜਿੰਦੇ ਚੱਲ ਵਾਂਗਰਾਂ ਤੀਰ। ਜਦੋਂ ਤੱਕ ਚੱਲਦੇ, ਜਦੋਂ ਤੱਕ ਚੱਲਦੇ ਤੇਰੇ ਸਾਹ, ਨੀ ਜਿੰਦੇ ਨੀ ਜਿੰਦੇ ਲੱਭ ਨਵੇਂ ਨਤਰਾ, ਨੀ ਜਿੰਦੇ ਲੱਭ ਨਵੇਂ ਨਤਰਾ, ਨੀ ਜਿੰਦੇ ਲੱਭ ਨਵੇਂ ਨਤਰਾ। ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ, ਅਤੇ ਤੁਹਾਡੀਆਂ ਅਚੀਵਮੈਂਟਸ ਲਈ ਤੁਹਾਨੂੰ ਬਹੁਤ ਸ਼ੁਭਕਾਮਨਾਵਾਂ, ਇੱਦਾਂ ਹੀ ਤਰੱਕੀਆਂ ਤੁਸੀਂ ਪਾਉਂਦੇ ਰਹੋ, ਬਹੁਤ ਮੁਬਾਰਕਾਂ। ਬਹੁਤ ਧੰਨਵਾਦ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ ਤਾਂ ਬਿਲਕੁਲ, ਲੱਭਦਾ ਰਹਿ ਨਿਤ ਨਵੇਂ ਰਾਹ, ਇਸੇ ਗੀਤ ਅਤੇ ਇਸੇ ਬੋਲਾਂ ਦੇ ਨਾਲ ਫਿਲਹਾਲ ਤੁਹਾਡੇ ਤੋਂ ਲਵਾਂਗੇ ਅਲਵਿਦਾ। ਤੁਸੀਂ ਬਣੇ ਰਹੋ ਪਰਿੰਦੇ ਚੈਨਲ ਦੇ ਨਾਲ।